छठ पूजा ਨੂੰ ਲੈ ਕੇ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਭਾਰੀ ਸੰਖਿਆ ਨੂੰ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਬਿਹਾਰ ਜਾਣ ਵਾਲੇ ਯਾਤਰੀਆਂ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਨੇ। ਇਸੇ ਦੇ ਚੱਲਦੇ ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਕੇ ਛਠ ਪੂਜਾ ਮਨਾਉਣ ਵਾਲੇ ਯਾਤਰੀਆਂ ਦੀ ਰੇਲਵੇ ਸਟੇਸ਼ਨ ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਰਿਜ਼ਰਵੇਸ਼ਨ ਵਿੰਡੋ ਤੇ ਲੋਕਾਂ ਦਾ ਭਾਰੀ ਤਾਂਤਾ ਲੱਗਿਆ ਹੋਇਆ ਹੈ। ਯਾਤਰੀਆਂ ਕੇ ਲਈ ਜੋ ਸਟੇਸ਼ਨ ਪੇ ਆਤੇ ਹੈ ਗਾੜੀ ਜਾਣੇ ਕੇ ਲਈ ਉਨਕੇ ਸੁਖ ਸੁਵਿਧਾ ਜੈਸੇ ਪਾਣੀ ਹੈ ਲਾਈਟ ਹੈ ਔਰ ਬੈਠਨੇ ਕਾ ਉਨਕਾ ਯਹਾਂ ਅਰੇਂਜਮੈਂਟ ਹੈ ਉਹ ਸਭ ਰੇਲਵੇ ਨੇ ਬਹੁਤ ਉਸਕਾ ਧਿਆਨ ਰੱਖਾ ਹੈ ਔਰ ਉਸਕੇ ਬਾਅਦ ਜੋ ਸਿਕਿਉਰਿਟੀ ਅਰੇਂਜਮੈਂਟ ਹੈ ਉਸਕਾ ਬਹੁਤ ਧਿਆਨ ਰੱਖਾ ਗਿਆ ਇਸ ਵਾਰ ਕਿ ਕੋਈ ਐਸੀ ਦੁਰਘਟਨਾ ਹੋ ਨਾ ਹੋ। ਲੁਧਿਆਣਾ ਤੋਂ ਬੋਬੀ ਕਾਠੀਆ ਦੀ ਰਿਪੋਰਟ ਚੈਨਲ 2।